मौलवी साहब आ रहे हैं। अच्छा अरवा खवाने आई गल तां है कि जेड़ा ना मौलवी ने भुखा करी गल बाकी दे ठीक है आवण दो आई भुखा ही वैसी मौलवी साहब नहीं आए के बने लेट आ हो गए गए ना काफी। गए ना ना गए ऐसा हम भुखी बड़ी लगी ओ आ गए आओ जी आओ जी मौलवी मौलवी साहब साहब अस्सलाम अस्सलाम वालेकुम मौलवी साहब बैठो। माशाल्लाह माशाल्लाह मौलवी साहब माशाल्लाह। सुनना गुरु कितने ने जी, मैं हूं नमाज पढ़ी थे लगता था नहीं थे जेड़ा ना बुजुर्गों की रूह नू साले बिल्कुल सवाब करना इंशाल्लाह जी जरूर जी। शुरू करिए बात जी अरवा शुरू करो। एक शापर भी लाया हुआ वापसी के ना रूह नाल पाई ले बस कोई मसला ही नहीं। एक ठीक जड़ साहब बीमार ए इंजे होगा ना अरवा ना ले ले तुसी क्यों अरवा असर ना जरूर ना पड़ामनी मतलब तुस तोड़ एक शापर लाया असि मैं तोड़ अपने ने आनवा समझ اعوذ باللہ من الشیطان الرجیم بسم اللہ الرحمن الرحیم یا میں اللہ کے جلوہ آکھا رہا ہوں نو 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 A few moments later آمین یا رب العالمین یا میں اللہ منظور مقبول فرمانے آمین کیا بنا مولوی صاحب فروٹ کدے گیا یار ਮੈਂ ਤਾਂ ਲੱਗਦਾ ਜੀ ਮੌਲਵੀ ਸਾਹਿਬ ਨਾ ਰੂਹ ਤੁਹਾਡੇ ਪੈਟਰੋਲ ਬਚਾਉਣ ਵਾਸਤੇ ਮੇਰੀ ਤੋਰ ਆਪ ਲੈ ਗਈ ਹੈ ਸੰਭਲ ਕੇ ਪੈਟਰੋਲ ਨਾ ਯਾਰ ਪੈਟਰੋਲ ਅਗਰ ਰੂਹਾਂ ਬਚਾਉਣ ਵਾਲੀ ਇਹ ਗਾਜਰ ਕਿਉਂ ਰੱਖ ਗਈਆਂ ਤੇ ਗਾਜਰ ਕਿਉਂ ਨਾ ਨਿਖਾ ਦਿੱਤੀ ਪਤਲੀ ਉਹਨਾਂ ਨਾਲ ਚੰਗੀ ਨਾ ਲੱਗੀ ਉਸ ਤੁਹਾਡੇ ਵਾਸਤੇ ਤੋਰ ਦਾ ਬਚਾ ਰੱਖ ਗਈਆਂ ਨੇ ਤੁਹਾਡੇ ਘਰ ਤੋੜ ਗਈ ਉਸ ਬਰਕਤ ਵਾਸਤੇ ਯਾਰ ਅਜੀਬ ਚੰਗੇ ਰਹੇ ਹੋ ਤੁਸੀਂ ਪਰ ਲੈ ਵੀ ਜੇ ਵਿੱਚ ਪਈ ਵੈਸੇ ਯਾਰ ਇਹਦੇ ਕਾਰਨ ਮੈਂ ਕਿਹ ਸ਼ਾਪਰ ਲੈ ਆਉਣਾ ਤੇ ਕਿਹ ਯਾਰ ਲੈ ਆਉਣਾ ਚੰਗੀ ਤੁਸਾਂ ਮਰਵਾ ਖਾਈ ਯਾਰ ਇੰਜ ਕਿਹੜਾ ਹੋ ਸਕਦਾ ਉਹ ਫਰੂਟ ਤਾਂ ਹੁੰਦਾ ਅਸ ਆਪ ਆਪਣਾ ਬਣਾਉਂਦਾ ਨਹੀਂ ਜਰੂਰ ਆ ਡਰੈਕਟ ਨਹੀਂ ਲੈ ਬਾਡੀ ਸਾਨੂੰ ਕੀ ਪਤਾ ਸੀ ਤੁਹਾਡੇ ਨਾਲ ਦੁਆ ਮੰਗਦੇ ਪਿਆ ਚਲੋ ਮਾਸ਼ਾਅੱਲਾ ਅੱਜ ਦਰਵਾ ਬੜੀ ਅੱਛੀ ਹੈ ਭਾਈ ਤੇ ਵੈਸਾ ਅੱਜ ਕਿਹੜਾ ਮੌਲਵੀ ਆ ਰਿਹਾ ਕਿਹੜਾ ਮੌਲਵੀ ਆ ਰਿਹਾ ਉਹ ਹੀ ਆ ਰਿਹਾ ਮੌਲੀ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ ਖੈਰ ਕਰੀਏ ਤੇ ਖੈਰ ਖਰੀਦ ਤੇ ਜੀ ਮਾਸ਼ਾਅੱਲਾ ਕਲੇਡੀਆਂ ਜੀ ਜੀ ਇਹ ਤੁਹਾਡੇ ਕਾਣੀਆਂ ਮੌਲਵੀ ਸਾਹਿਬ ਹੌਸਲਾ ਕਰੋ ਤੁਹਾਡੀ ਹੀ ਹੈ ਨਹੀਂ ਨਹੀਂ ਅਸਾ ਤਾਂ ਜੀ ਕਦੀ ਨਹੀਂ ਖਾਦੀਆਂ ਅਸਾ ਤੇ ਵੀ ਰੂਹ ਨਾ ਪਾਉਂਦੇ ਸਾਨ ਤੇ ਮਨ ਨੇ ਡਾਕਟਰ ਮਨ ਨਾ ਕੀਤਾ ਮਿੱਠਾ ਸ਼ੀ ਮੌਲਵੀ ਸਾਹਿਬ ਆਂ ਨਾ ਖਾਣ ਦੀ ਗੱਲਾਂ ਸ਼ੁਰੂ ਕਰਨੀ ਕੋਈ ਸੰਗੀ ਬਣਾ ਗੱਲ ਦੱਸ ਦਿੰਦਾ ਤੁਸੀਂ ਆਂਦੇ ਹੋ ਨਾ ਤੁਸੀਂ ਤੇ ਖਾਣ ਦੀ ਗੱਲ ਹੈ ਵੇ ਨਮਾਜ਼ ਸ਼ਮਾਜ਼ ਪੜੀ ਕਰੋ ਜੀ ਮੌਲਵੀ ਸਾਹਿਬ ਤੇ ਮੌਲਵੀਆਂ ਦੀ ਖਿਦਮਤ ਕੀਤੀ ਕਰੋ ਇਹ ਕਿਹੜੀ ਕਿਤਾਬ ਮੌਲਵੀ ਸਾਹਿਬ ਲਿਖੇ ਆ ਇਹ ਲਿਖਿਆ ਤੋ ਅਸਾਂ ਪੜਿਆ ਕਦੀ ਨਹੀਂ ਅਸਾਂ ਪੜਿਆ ਮੌਲਵੀਆਂ ਦੀ ਖਿਦਮਤ ਖਿਦਮਤ ਕੀਤੀ ਕਰੋ ਆ ਅਰਵਾ ਲਾਜ਼ਮੀ ਖਾਈ ਕਰੋ ਤੁਸਾਂ ਲੋਕਾਂ ਦਾ ਬੁਝੂ ਸ਼ੂ ਤਾਂ ਉਹਨਾਂ ਕੋਲ ਨਹੀਂ ਮੌਲਵੀ ਅਮੇ ਤੋਂ ਬੁਝੂ ਸ਼ੂ ਆ ਜਾਂਦੇ ਨੇ ਅਸਾਂ ਖਾਦ ਲੈ ਕੇ ਮੌਲਵੀ ਸਾਹਿਬ ਗੱਲ ਦੱਸਾਈ ਜੀ ਜੀ ਇਹ ਮੌਲਵੀ ਵਾ 24 ਘੰਟੇ ਦਾ ਪੈਕੇਜ ਬੁਝੂ ਵਾਲਾ ਇੱਕ ਵਾਰੀ ਕਰੇ ਸਾਡਾ ਬੁਝੂ ਪੱਕਾ ਹੁੰਦਾ ਤੇ ਆ ਜਾਣਾ ਪਿਛਲੀ ਦਫਾ ਮੈਂ ਰੂਹਾਂ ਖਾ ਗਈਆਂ ਪਹਿਲੇ ਹੀ ਮੈਂ ਠੀਕ ਹੈ ਤੁਸ ਇਹਦੇ ਵਿੱਚ ਸ਼ਹਿ ਦੀ ਕਮੀ ਹੈ ਤੇ ਇਹਨੇ ਕਰੇ ਨਾ ਤੂੰ ਨਿਕਿਆ ਤੂੰ ਵਾਂਝ ਨਾ ਨਮਕ ਲੈ ਆ ਕਿਸੇ ਬਾਂਡੇ 'ਚ ਨਮਕ ਲੈ ਅਰਵਾ ਦੇ ਨਾਲ ਬੜਾ ਜ਼ਰੂਰੀ ਹੈ ਨਮਕ ਪਿਛਲੀ ਦਫਾ ਰੂਹਾਂ ਖਲਲ ਖਾ ਗਈਆਂ ਖਾ ਗਈਆਂ ਤੂੰ ਵਾਂਝ ਨਮਕ ਲੈ ਆ ਤੂੰ ਇੱਥੇ ਬਹੁ ਨਹੀਂ ਤੂੰ ਵਾਂਝ ਪਾਣੀ ਲੈ ਆ ਗਿਲਾਸ 'ਚ ਪਾਣੀ ਕਿਉਂ ਨਹੀਂ ਲੋੜ ਹੈ ਪਾਣੀ ਕੋਲ ਪੀ ਕੇ ਪਾਣੀ ਮੈਂ ਨਹੀਂ ਪੀਵਣਾ ਇਹ ਨਮਕ ਤੇ ਪਾਣੀ ਬਹੁਤ ਜ਼ਰੂਰੀ ਹੈ ਅਰਵਾ ਦੇ ਨਾਲ ਵਾਂ ਸ਼ਾਬਾਸ਼ ਤੂੰ ਤੂੰ ਵੀ ਵਾਂ ਸ਼ਾਬਾਸ਼ ਸ਼ਾਬਾਸ਼ ਮੈਂ ਅਰਵਾ ਕਰ ਰਿਹਾ ਫਿਰ ਨਾ ਤਾਂ ਤੁਸੀਂ ਬਣ ਜਾਓ ਆਈ ਹੋ ਰਿਮਾ ਨੋ 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 ਸ਼ੁਕਰ ਅਲਹਮਦੁਲਿਲਾ ਆਈ ਹੋ ਨਮਕ ਤੇ ਪਾਣੀ ਸ਼ਾਣੀ ਲੈ ਖਾ ਗਈਆਂ ਕੱਲ ਪਰਸ ਜਿਵੇਂ ਆਇਆ ਤੁਹਾਡੇ ਕੋਲ
ਤੁਸੀਂ ਆਪ ਬਿਨਾ ਤਾਂ ਰੂਹਾਂ ਖਾ ਗਈਆਂ کوئی بچی